ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪਰ ਜਿੱਥੇ ਜਿੱਥੇ ਲੋਕ ਇਸ ਮੁਸ਼ਕਿਲ ਸਮੇਂ ਵਿੱਚ ਅੱਗੇ ਆ ਰਹੇ ਹਨ, ਉੱਥੇ ਹੀ ਕਈ ਇਸ ਸਥਿਤੀ ਦਾ ਨਜਾਇਜ਼ ਫਾਇਦਾ ਵੀ ਲੈ ਰਹੇ ਹਨ ਅਤੇ ਕਾਲਾ ਬਾਜ਼ਾਰੀ ਕਰ ਰਹੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਦੇ ਸੰਧੂ ਨਗਰ ਦਾ ਹੈ, ਜਿੱਥੇ ਕਿ ਕੱਕੜ ਕਰਿਆਨਾ ਸਟੋਰ ਉੱਪਰ ਦੋਸ਼ ਲਗਾਏ ਗਏ ਹਨ ਕਿ ਉਹ ਜਾਲੀ ਬੋਰੀਆਂ ਵਿੱਚ ਨਕਲੀ ਆਟਾ ਵੇਚ ਰਹੇ ਹਨ। ਸ਼ਿਵ ਸੈਨਾ ਆਗੂ ਦਾ ਇਸ ਘਟਨਾ ਤਹਿਤ ਕੀ ਕਹਿਣਾ ਰਿਹਾ, ਆਓ ਤੁਸੀਂ ਵੀ ਸੁਣੋ। ਮੇਰਾ ਨਾਮ ਅਰਵਿੰਦ ਵਾਲੀ ਹੈ, ਸ਼ਿਵ ਸੈਨਾ ਪੰਜਾਬ ਤੋਂ। ਹਾਂਜੀ ਭਾਈ, ਅੱਜ ਤੇ ਕੀ ਹੋਇਆ ਜੀ? ਸਾਨੂੰ ਕਾਫੀ ਦਿਨਾਂ ਤੋਂ ਕੰਪਲੇਂਟ ਆ ਰਹੀ ਸੀ ਕਿ ਜਿਹੜਾ ਕੱਕੜ ਕਰਿਆਨਾ ਸਟੋਰ ਹੈ, ਕਾਲਾ ਬਾਜ਼ਾਰੀ ਕਰ ਰਿਹਾ, 250-350 ਵਾਲੀ ਠੈਲੀ ਆਟੇ ਦੀ 350-400 ਦੀ ਦੇ ਰਿਹਾ। ਅਸੀਂ ਕਾਲਾ ਬਾਜ਼ਾਰੀ ਦੇ ਉੱਤੇ ਇੱਕ ਨਕੇਲ ਪਾਉਣੀ ਸੀਗੀ। ਅਸੀਂ ਨਕੇਲ ਪਾਉਣ ਦੇ ਮਕਸਦ ਦੇ ਨਾਲ ਦੇਖੋ ਸਾਡੇ ਉੱਥੋਂ ਦੀ ਲੰਗਰ ਜਾ ਰਿਹਾ, 2,250 ਬੰਦੇ ਦਾ ਸਾਨੂੰ ਛੱਡ ਕੇ ਆਉਣਾ ਪੈ ਗਿਆ, ਕਿਉਂ ਗਰੀਬ ਬੰਦੇ ਨੂੰ ਕਿੱਥੇ ਕੋਈ ਲੰਗਰ ਫ੍ਰੀ ਦੇ ਰਿਹਾ, ਇਹ ਲੋਕ ਆਪਣਾ ਘਰ ਭਰ ਰਹੇ ਆ। ਇਹ ਭਾਅ ਜੀ ਦੇਖਿਆ ਵੀ ਬਹੁਤ ਜ਼ਿਆਦਾ ਕਾਲਾ ਬਿਆਈ ਚੱਲ ਰਹੀ, ਸਬਜ਼ੀ ਦੇ ਵਿੱਚ ਦੇਖ ਲਈਏ ਜੀ, ਕਿਸੇ ਵੀ ਚੀਜ਼ ਦੇ ਵਿੱਚ ਦੇਖ ਲਈਏ, ਇਹ ਸਰ ਪ੍ਰਸ਼ਾਸਨ ਤੁਹਾਨੂੰ ਲੱਗ ਰਿਹਾ ਪ੍ਰਸ਼ਾਸਨ ਦੀ ਕੋਈ ਢਿੱਲ ਹੈ ਜੀ? ਨਹੀਂ ਦੇਖੋ, ਪ੍ਰਸ਼ਾਸਨ ਦੀ ਢਿੱਲ ਨਹੀਂ, ਪ੍ਰਸ਼ਾਸਨ ਦਾ ਵੇਅਰ ਹੈ। ਜੇ ਅਸੀਂ ਲੋਕ ਕੰਪਲੇਂਟ ਕਰਾਂਗੇ ਪ੍ਰਸ਼ਾਸਨ ਤਾਂ ਹੀ ਕੁਝ ਕੰਮ ਕਰੇਗਾ। ਸਾਡੇ ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ ਜੀ, ਉਹਨਾਂ ਦਾ ਵੀ ਕਿਹਾ ਕਿ ਸਾਨੂੰ ਕੰਪਲੇਂਟ ਨੰਬਰ ਦੇ, ਕੰਪਲੇਂਟ ਕਰੋ, ਅਸੀਂ ਉਸ ਤੇ ਬੰਦੇ ਤੇ ਬਿਲਕੁਲ ਕਾਰਵਾਈ ਕਰਵਾਵਾਂਗੇ। ਸਰ ਦੇਖਿਆ ਵੀ ਜਿੱਥੇ ਲੋਕਾਂ ਨੂੰ ਆਪ ਹੈ ਜੀ, ਕਈ ਮਜ਼ਦੂਰ ਭੁੱਖੇ ਮਰ ਰਹੇ ਜੀ, ਤੁਸੀਂ ਕੀ ਕਰ ਰਹੇ? ਸਾਡੇ ਦੇਖੋ ਜੀ, ਜਿੰਨੀ ਸਾਡੀ ਸਮਰੱਥਾ, 2,500-3,000 ਬੰਦੇ ਦਾ ਅਸੀਂ ਲੰਗਰ ਲਾਲਾ ਜਗਨਰਾਜ ਚੌਂਕ, ਮੇਰਾ ਰੈਜੀਡੈਂਸ ਹੈ, ਦੋਨੋਂ ਟਾਈਮ ਤੋਂ ਉੱਥੋਂ ਬਣ ਕੇ ਡੇਲੀ ਜਾ ਰਿਹਾ, ਹੁਣ ਵੀ ਬਣ ਰਿਹਾ। ਕੀ ਮੈਸੇਜ ਦੇਣਾ ਚਾਹੁੰਗੇ ਲੁਧਿਆਣਾ ਵਾਸੀਆਂ ਨੂੰ? ਅਸੀਂ ਇਹ ਕਹਾਂਗੇ ਕਾਲਾ ਬਾਜ਼ਾਰੀ ਰੋਕੋ, ਜਿੰਨੀ ਗਰੀਬ ਦੀ ਮਦਦ ਕਰ ਸਕਦੀ ਕਰੋ, ਕਿਉਂਕਿ ਇਹ ਬਹੁਤ ਮਾੜਾ ਵਕਤ ਹੈਗਾ ਵਾ। ਸਾਡਾ ਕੋਈ ਭਾਈ ਭੁੱਖਾ ਨਾ ਸੋਵੇ, ਹੋ ਸਕੇ ਦੁਕਾਨਾਂ ਖੋਲ੍ਹੋ, ਲਾਇਸੈਂਸ ਮਿਲਿਆ, ਆਪਣਾ ਮਾੜਾ ਮੋਟਾ ਪ੍ਰੋਫਿਟ ਰੱਖਦੇ ਹੋਏ ਲੋਕਾਂ ਨੂੰ ਸਮਾਨ ਦੇਵੋ, ਕਾਲਾ ਬਾਜ਼ਾਰੀ ਬਿਲਕੁਲ ਨਾ ਕਰੋ। ਥਾਣਾ ਹੈਬੋਵਾਲ ਦੀ ਪੁਲਿਸ ਵੱਲੋਂ ਉੱਥੇ ਰੇਡ ਕੀਤੀ ਗਈ, ਪਰੰਤੂ ਜਦ ਥਾਣੇ ਦੇ SHO ਤੋਂ ਇਸ ਘਟਨਾ ਤਹਿਤ ਪ੍ਰਾਈਮ ਮੁੱਦੇ ਦੇ ਪੱਤਰਕਾਰ ਵੱਲੋਂ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੋਈ ਸਪਸ਼ਟ ਜਵਾਬ ਨਾ ਦੇ ਸਕੇ ਅਤੇ ਇਸ ਘਟਨਾ ਨੂੰ ਇੱਕ ਦੂਜੇ ਉੱਪਰ ਸੁੱਟਦੇ ਨਜ਼ਰ ਆਏ। ਕਿੱਥੇ ਰੇਡ ਕੀਤੀ ਗਈ ਹੈ, ਕੀ ਮਿਲਿਆ ਜੀ? ਪਲੀਜ਼ ਅਸੀਂ ਬਿਜ਼ੀ ਹਾਂ ਥੋੜ੍ਹਾ, ਪਲੀਜ਼ ਕਾਈਂਡਲੀ। ਇਨਵੈਸਟੀਗੇਸ਼ਨ ਕਰ ਰਹੇ ਹੋ ਸਰ? ਹਾਂਜੀ, ਇਨਵੈਸਟੀਗੇਸ਼ਨ ਕਰ ਰਹੇ ਹਾਂ, ਇਨਵੈਸਟੀਗੇਸ਼ਨ ਤੋਂ ਬਾਅਦ ਸਾਰਾ ਰਿਵੀਲ ਕਰ ਦਾਂਗੇ। ਥੈਂਕ ਯੂ। ਹੈਲੋ ਸਰ, ਪ੍ਰਾਈਮ ਮੁੱਦੇ ਤੋਂ ਪੱਤਰਕਾਰ ਗੱਲ ਕਰ ਰਹੇ ਸੀ ਭਾਈ? ਹਾਂਜੀ, ਨਿਊਜ਼ ਚੈਨਲ ਤੋਂ ਪੱਤਰਕਾਰ ਗੱਲ ਕਰ ਰਹੇ ਸਰ? ਹਾਂਜੀ ਸਰ, ਇੰਟਰਵਿਊ ਕਰਨੀ ਸਾਡੀ, ਇੱਕ ਜਿਹੜੀਆਂ ਦੋ ਦੁਕਾਨਾਂ ਸੀਲ ਹੋਈਆਂ ਵਾ, ਇੱਕ ਮੈਡੀਕਲ ਸਟੋਰ ਤੇ ਸਰ ਇੱਕ ਕਰਿਆਨਾ ਸਟੋਰ। ਕਿਹਦਾ ਸੀਲ ਹੋਇਆ? ਹਾਂਜੀ ਮੈਂ ਸੀਲ ਕੀਤਾ ਸਰ, ਤੁਹਾਡੇ ਏਰੀਆ ਦਾ ਹੀ ਸੀਗਾ ਸਰ। ਜੀ ਮਲਕੀਤ ਸਿੰਘ ਤੇ ਕਰੋ ਜੀ, 9,158 ਸਰ, ਚੌਂਕੀ ਤੇ ਆਪਣਾ ਚੱਲ ਜਾਈ। ਹਾਂ ਚੌਂਕੀ ਜਾ ਕੇ ਮਲਕੀਤ ਸਿੰਘ ਦੇ ਕੋਲ। ਠੀਕ ਸਰ, ਤੁਹਾਡੇ ਕੋਲ ਕੇਸ ਤਾਂ ਨਹੀਂ ਆਇਆ ਨਾ ਇਹ? ਹੈ, ਸਾਡੇ ਕੋਲ ਤਾਂ ਨਹੀਂ ਆਇਆ ਸਰ ਇਹ ਕੇਸ ਹਲੇ। ਸਾਡੇ ਕੋਲ ਆ ਗਿਆ, ਪਰ ਕੇਸ ਦਾ ਇਹਦਾ IO ਹੀ ਆ। ਠੀਕ ਹੈ ਸਰ, ਓਕੇ ਓਕੇ, ਥੈਂਕ ਯੂ ਸਰ। ਹਾਂ ਹਾਂ।